ਮੈਂ ਕਰਮਜੀਤ ਕੌਰ ਚਹਿਲ ਚਹਿਲ ਕਲੈਕਸ਼ਨ ਮਾਨਸਾ ਚਹਿਲ ਕਲੈਕਸ਼ਨ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ। ਮੇਰੇ ਵੱਲੋਂ ਸਾਰੇ ਹੀ ਯੂਟਿਊਬ ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸ਼ੋਪ ਦਾ ਐਡਰੈਸ ਤੁਸੀਂ ਸਾਰੇ ਆਈ ਜਾਂਦੇ ਹੋ ਤੇ ਜਾਣਦੇ ਵੀ ਹੋ, ਤੇ ਜਿਹੜਿਆਂ ਨੂੰ ਨਹੀਂ ਪਤਾ ਉਹ ਸੁਣੋ ਬਈ, ਇਹ ਬੱਸ ਸਟੈਂਡ ਦੇ ਬਿਲਕੁਲ ਨਾਲ ਹੈ, ਚੰਚਹਿਲ ਵਾਲੀ ਗਲੀ ਮਾਨਸਾ। ਤੇ ਆਪਣੇ ਜਿਹੜਾ ਦੁਕਾਨ ਵਾਲਾ ਬੈਗ ਹੈ ਨਾ ਸ਼ੋਪ ਵਾਲਾ, ਉਹਦੀ ਪ੍ਰੋਫਾਈਲ ਪਿਕ ਲੱਗੀ ਹੋਈ ਹੈ ਆਪਣੇ ਚੈਨਲ ਤੇ। ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੇ ਨਾਲ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਵੀ ਕਰਦੇ ਰਿਹਾ ਕਰੋ, ਤਾਂ ਕਿ ਉਹ ਹਰ ਇਸ ਦਾ ਮਤਲਬ ਲਾਹਾ ਲੈ ਸਕਣ। ਆਪਣੇ ਕੋਲ ਕੱਪੜੇ ਵਧੀਆ ਵੀ ਹੁੰਦੇ ਨੇ ਤੇ ਰੇਟ ਵੀ ਜੈਨੂਇਨ ਹੁੰਦੇ ਨੇ। ਕੋਟਨ ਆਪਣੀ ਸਟਾਰਟ ਹੋ ਗਈ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਬਰੋਕਟ, ਕਿਉਂਕਿ ਕਈ ਭੈਣਾਂ ਦੀ ਡਿਮਾਂਡ ਸੀਗੀ ਵੀ ਬਰੋਕਟ ਦੇ ਸੂਟ ਦਿਖਾਓ। ਬਰੋਕਟ ਦੇ ਕਲਰ ਤਾਂ ਇਹ ਆ ਗਿਆ ਜੀ, ਆਪਣਾ ਪਹਿਲਾ ਕਲਰ, ਕੱਪੜਾ ਸੋਫਟ ਹੈ, ਐਸ ਕੇ ਦੀ ਬਰੋਕਟ ਹੈ ਇਹ। ਇਹਦਾ ਰੇਟ ਰਹੂਗਾ 900 ਰੁਪਇਆ 5 ਮੀਟਰ। ਜੇ ਕਿਸੇ ਨੇ ਸ਼ਰਟ ਬਾਏ ਕਰਨੀ ਹੈ ਤਾਂ ਉਹਨੂੰ ਸ਼ਰਟ ਵੀ ਕੱਟ ਦਾਂਗੇ, ਤਾਂ ਸ਼ਰਟ ਦਾ ਰੇਟ ਰਹੂਗਾ 450 ਰੁਪਏ। 2.5 ਮੀਟਰ ਪੈਣਾ ਇਹ 450 ਦੀ, ਤੇ 5 ਮੀਟਰ ਹੋਏਗਾ ਇਹ 900 ਦਾ। ਇਹ ਔਰੇਂਜ ਕਲਰ ਹੈ, ਜ਼ਿਆਦਾ ਚੁਭਣ ਵਾਲਾ ਔਰੇਂਜ ਕਲਰ ਨਹੀਂ ਹੈ। ਇਹ ਆ ਗਈ ਜੀ ਮਜੈਂਟਾ ਕਲਰ ਦੇ ਵਿੱਚ। ਆਹ ਦੇਖੋ, ਆਹ ਇਹਦੀ ਬੈਕ ਹੈ, ਰਿਵਰਸੀਬਲ ਹੈ ਇਹ, ਕਿਤੇ ਪੁੱਠੀ ਤੈਅ ਤਾਂ ਨਹੀਂ ਇਹਦੀ ਮੈਨੂੰ। ਇਧਰੋਂ ਵੀ ਇਹਦੇ ਮਤਲਬ ਸਫਾਈ ਵਾਲਾ ਹੀ ਹੈ ਪਾਸਾ, ਜੇ ਚਾਹੋ ਤਾਂ ਤੁਸੀਂ ਮੇਰਾ ਖਿਆਲ ਇਧਰੋਂ ਵੀ ਬਣਾ ਸਕਦੇ ਹੋ। ਇਹ ਮਜੈਂਟਾ ਸ਼ੇਡ ਦੇ ਵਿੱਚ ਆ ਗਿਆ, ਇਹਨਾਂ ਦਾ ਰੇਟ ਰਹੂਗਾ 9 ਮੀਟਰ ਦਾ 900 ਰੁਪਏ 5 ਮੀਟਰ ਦਾ। ਜੇ ਕਿਸੇ ਨੇ ਸ਼ਰਟ ਬਾਏ ਕਰਨੀ ਹੈ ਤਾਂ 2.5 ਮੀਟਰ ਕੱਟ ਕੇ ਵੀ ਦੇ ਦਾਂਗੇ, ਸ਼ਰਟ ਦਾ ਰੇਟ ਰਹੂਗਾ 450 ਰੁਪਇਆ। ਇਹ ਆ ਗਿਆ ਜੀ ਮਹਿੰਦੀ ਕਲਰ, ਆਹ ਦੇਖੋ ਐਸ ਕੇ ਦੀ ਮੋਰ ਵੀ ਲੱਗੀ ਹੋਈ ਹੈ ਤੇ ਐਸ ਕੇ ਦੀ ਬਰੋਕਟ ਹੈ ਇਹ। ਜੇ ਕਿਸੇ ਨੇ ਬਾਏ ਕਰਨਾ ਹੋਵੇ ਤਾਂ ਫਟਾਫਟ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ, ਤੇ ਨਾਲ ਆਪਣਾ ਪਿੰਨ ਕੋਡ ਵੀ ਜ਼ਰੂਰ ਲਿਖ ਦਿਆ ਕਰੋ। ਇਹ ਆ ਗਿਆ ਜੀ ਫਿਰੋਜ਼ੀ ਕਲਰ, ਬਹੁਤ ਮਿੱਠੇ ਜਿਹੇ ਕਲਰ ਨੇ ਇਹ ਸਾਰੇ, ਜ਼ਿਆਦਾ ਅੱਖਾਂ ਨੂੰ ਚੁੱਭਣ ਵਾਲੇ ਕਲਰ ਨਹੀਂ ਹੈਗੇ ਇਹ। ਬਸ ਹੁਣ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਛੋਟੀਆਂ ਛੋਟੀਆਂ ਕੋਟਨ ਦੇ ਸੂਟ ਆਪਣੇ। ਬਸ ਕੱਲ ਜਾਂ ਪਰਸੋਂ ਤੋਂ ਕੋਟਨ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਾਂਗੇ। ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ। ਤੁਹਾਡਾ ਬਹੁਤ ਤੁਸੀਂ ਪਿਆਰ ਤੇ ਸਤਿਕਾਰ ਦਿੰਦੇ ਹੋ, ਪਿਆਰ ਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਸਤਿ ਸ੍ਰੀ ਅਕਾਲ ਜੀ।